अच्छा ते स्कूले नहीं जाता तू ते रोन का तो दिया यार नाला जेड़ा ये ता डेकार दे बुवे गाड़ी है ते की गले ते नाले जो सांप निकल दे बच्चे जेड़े पानी चुके लिया दूरों पै जाता गांडियां दे फिर पानी लैन जाते ਜਿਹੜੀ ਗੁੜੀਆ ਰੋਂਦੀ ਹੈ ਕਾਤੋਂ ਰੋਂਦੀ ਇਹ ਕਹਿੰਦੇ ਕਿ ਸਕੂਲ ਲੈ ਜਾਣਾ ਸਕੂਲ ਨਹੀਂ ਭੇਜਿਆ ਜਾਂਦਾ ਸਾਡੇ ਕੋਲ ਪੈਸਿਆਂ ਤੋਂ ਹਾਂਜੀ ਨਾ ਪੈਸਿਆਂ ਕੋਲ ਨਾ ਕੋਈ ਵੀ ਚੀਜ਼ ਨਹੀਂ ਇਹਨਾਂ ਨੂੰ ਦਿੱਤੀ ਜਾਂਦੀ ਤੇ ਰੋਟੀ ਜਿਹੜੀ ਰੋਟੀ ਬਾਹਰ ਜਿਹੜੀ ਤੁਸੀਂ ਲਾਉਂਦੇ ਕੀ ਗੱਲ ਸਰਕਾਰੀ ਸਿਲੰਡਰ ਸਿਲੰਡਰ ਕੁਛ ਨਹੀਂ ਹੈ ਸਰਕਾਰੀ ਸਿਲੰਡਰ ਭਾਜੀ ਮਿਲਿਆ ਸੀ ਉਹ ਇੰਡੀਆ ਨੇ ਰੱਖ ਦਿੱਤਾ ਸਾਡੇ ਕੋਲ ਨਹੀਂ ਰੋਟੀ ਖਾਣ ਪਾਣ ਨੂੰ ਹੈਗਾ ਤੇ ਇੰਡੀਆ ਨੇ ਰੱਖਤਾ ਉਹ ਗਿਆ ਛੜਾਇਆ ਹੀ ਨਹੀਂ ਰੋਟੀ ਪਾਣੀ ਲਾਉਂਦੇ ਕਿੱਥੇ ਆ ਜੀ ਹਾਂਜੀ ਆਵੇ ਨਾਲੇ ਦੇ ਲੱਗ ਗਈ ਆ ਜੀ ਗੰਦੇ ਦੇ ਨਾਲੇ ਦੇ ਲੱਗ ਗਈ ਨਾਲੇ ਲੱਗ ਗਈ ਚਿੱਲਾ ਵਾ ਤੇ ਲੱਗ ਗਈ ਪਕਾਉਂਦੇ ਆ ਤੇ ਇਹਨਾਂ ਦੇ ਘਰੇ ਵੀ ਨਹੀਂ ਕੋਈ ਆਉਂਦਾ ਜਾਂਦਾ ਹੋ ਗਿਆ ਤੇ ਇਹਨਾਂ ਦੀ ਔਲਾਦ ਮਾੜੇ ਤੇ ਇਹਨਾਂ ਦੀ ਮਦਦ ਕੀਤੀ ਆ ਨਾ ਘਰ ਵਿੱਚ ਕੋਈ ਰੋਟੀ ਖਾਣ ਨੂੰ ਨਾ ਘਰ ਵਿੱਚ ਕੋਈ ਪਾਣੀ ਨਾ ਘਰ ਵਿੱਚ ਲੈਟਰਨ ਬਾਥਰੂਮ ਜੇ ਘਰ ਦੀ ਛੱਤ ਹੈ ਤਾਂ ਉਸਦੇ ਸਾਹਮਣੇ ਵੀ ਗੰਦੇ ਨਾਲੇ 'ਤੇ ਹੀ ਬੈਠ ਕੇ ਸਾਰੇ ਪਰਿਵਾਰ ਨੂੰ ਕਰਨਾ ਪੈਂਦਾ ਹੈ ਆਪਣੇ ਘਰ ਦਾ ਗੁਜ਼ਾਰਾ ਜਿਸ ਕਰਕੇ ਉਹਨਾਂ ਨੂੰ ਲੋਕਾਂ ਦੇ ਘਰਾਂ ਤੋਂ ਦੂਰ ਤੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਇਹਨਾਂ ਛੋਟਿਆਂ ਬੱਚਿਆਂ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਦਾ ਘਰ ਤਾਂ ਜ਼ਰੂਰ ਹੈ ਪਰ ਘਰ ਦੇ ਸਾਹਮਣੇ ਬਣੇ ਗੰਦੇ ਨਾਲੇ ਵਿੱਚੋਂ ਹਰ ਰੋਜ਼ ਜ਼ਹਿਰੀਲੇ ਸੱਪ ਨਿਕਲਦੇ ਨੇ ਅਤੇ ਇੱਕ ਦਿਨ ਜ਼ਹਿਰੀਲਾ ਸੱਪ ਉਹਨਾਂ ਦੀ ਮਾਂ ਨੂੰ ਵੀ ਲੜ ਚੱਲਿਆ ਸੀ ਅਤੇ ਇਹਨਾਂ ਬੱਚਿਆਂ ਨੇ ਇੱਕ ਦਿਨ ਯਤੀਮ ਹੋ ਜਾਣਾ ਸੀ ਕੀ ਨਾ ਕਾ ਕਿਧਰ ਤੇ ਆ ਜਿਹੜੇ ਪਾਣੀ ਲੈ ਕੇ ਆਉਂਦੇ ਕਿੱਥੋਂ ਲੈ ਕੇ ਆਉਂਦੇ ਜੀ ਕਾਦੀ ਗੱਲੋਂ ਸਾਡੇ ਨਾਈਂ ਕਰੇ ਪਲੈਸ ਹੈਗੀ ਨਾਈਂ ਬਾਥਰੂਮ ਮੈਂ ਗਵਾ ਅੱਛਾ ਤੇ ਸਕੂਲੇ ਨਹੀਂ ਜਾਂਦਾ ਤੂੰ ਤੇ ਰੋਣ ਕਾਤੋਂ ਦਿਆਂ ਘਰ ਕੀ ਰੋਣੀ ਮੇਰੇ ਅੱਡੇ ਘਰ ਕੀ ਦੀਬੀ ਬੜੀ ਆ ਕਰੇ ਬਾਹਰ ਲਾਉਨੇ ਆ ਅੱਛਾ ਤੇ ਆ ਨਾਲਾ ਜਿਹੜਾ ਇਹ ਤੁਹਾਡੇ ਘਰ ਦੇ ਬੂਹੇ ਗਾੜੀ ਆ ਹਾਂਜੀ ਅੱਛਾ ਤੇ ਕੀ ਗੱਲ ਹੈ ਤੇ ਨਾਲੇ ਚੋਂ ਸੱਪ ਨਿਕਲਦੇ ਹਾਂਜੀ ਕੀ ਨਾਂ ਕਾ ਕਿਧਰ ਮੇਰਾ ਜੀ ਰਾਹੁਲ ਨਾਮ ਰਾਹੁਲ ਸਿੰਘ ਨਾਮ ਹੈ ਕਿਹੜੇ ਪਿੰਡ ਦਾ ਮੈਂ ਕਰੋ ਪਿੰਡ ਤੋਂ ਤੇ ਕੀ ਗੱਲ ਆ ਜਿਹੜਾ ਪਾਣੀ ਤੁਸੀਂ ਕਿੱਥੋਂ ਲੈ ਕੇ ਆਉਂਦੇ ਜੀ ਪਾਣੀ ਉਹ ਕਿਸੇ ਘਰੋਂ ਲੈ ਕੇ ਆਉਂਦੇ ਆ ਕਾਤੋਂ ਨਾ ਸਾਡੇ ਘਰੇ ਲੈਟਰਿੰਗ ਬਾਥਰੂਮ ਮੋਟਰ ਕੁਛ ਵੀ ਨਹੀਂ ਹੈਗਾ ਕੀ ਕੰਮ ਕਰਦੇ ਉਹ ਮੰਮੀ ਮੇਰੀ ਕਿਸੇ ਘਰੇ ਕੰਮ ਕਰਦੀ ਆ ਤੇ ਮੈਂ ਕਦੀ ਕਦੀ ਆ ਕਿਸੇ ਨਾਲ ਦਿਹਾੜੀ ਚੱਲ ਜਾਂਦਾ ਵਾਂ ਮਿਸਤਰੀ ਨਾਲ ਤੇ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਘਰ ਦਾ ਗੁਜ਼ਾਰਾ ਇਸ ਤਰ੍ਹਾਂ ਚੱਲੀ ਜਾਂਦਾ ਮਾੜੀ ਚੰਗੀ ਰੋਟੀ ਪੱਕੀ ਜਾਂਦੀ ਆ ਤੇ ਆਹ ਜਿਹੜਾ ਅਗਲੇ ਬੰਨੇ ਆ ਕੀ ਖਾਲ ਜਾ ਕੀ ਹੈ ਇਹ ਨਲਾ ਜੀ ਬਹੁਤ ਮੰਦੀ ਹਾਲਤ ਸੱਪ ਬੋਰੇ ਨਿਕਲਦੇ ਕਿ ਮੇਰੀ ਮੰਮੀ ਦੇ ਲੜ ਚੱਲਿਆ ਗੰਦਾ ਨਾਲਾ ਪਿੰਡ ਦਾ ਹਾਂਜੀ ਅੱਛਾ ਤੇ ਰੋਟੀ ਪਾਣੀ ਦਾ ਕਿੱਥੇ ਲਾਉਂਦੇ ਲੂੰਦੇ ਜੀ ਚੁੱਲ੍ਹੇ ਚੁੱਲ੍ਹਾ ਉਹ ਬਾਲਿਆ ਜੀ ਚੁੱਲ੍ਹੇ 'ਤੇ ਲਾਈ ਦੀ ਬਾਹਰ ਹੀ ਹਾਂਜੀ ਕੀ ਮੰਗ ਕੀ ਕਰਦੇ ਮੰਗਦੇ ਹਾਂ ਸਮਾਜ ਨਾਲ ਕਹਿੰਦੇ ਸਾਡੀ ਥੋੜ੍ਹੀ ਬਹੁਤੀ ਭਾਵੇਂ ਜਿੰਨੀ ਹੁੰਦੀ ਹੈਲਪ ਕੀਤੀ ਜਾਵੇ ਕੀ ਨਾਮ ਭੈਣ ਜੀ ਤੁਹਾਡਾ ਮਨਰ ਸਿੰਘ ਕੀ ਹਾਲਾਤ ਨੇ ਘਰ ਦੇ ਜੀ ਕੋਈ ਹਾਲ ਨਹੀਂ ਸਾਡਾ
ਕਦੀ ਸਾਡੀ ਬੂਹੇ ਘੜੀ ਨਲਾ ਵਾ ਚਾਰ ਮਹੀਨੇ ਅੰਦਰ ਹੀ ਸੋਨੇ ਸੱਪ ਬਹੁਤ ਜ਼ਿਆਦਾ ਆਉਂਦੇ ਸਾਡੇ ਨਾ ਘਰੇ ਫਲੱਸ਼ ਬਾਥਰੂਮ ਨਾ ਸਾਡੇ ਘਰੇ ਪਾਣੀ ਦਾ ਕੋਈ ਹੈਗਾ ਅਤੇ ਰੋਟੀ ਪਾਣੀ ਦਾ ਕਿਸ ਤਰ੍ਹਾਂ ਸਰਦਾ ਰੋਟੀ ਪਾਣੀ ਦਾ ਵੀ ਬਹੁਤ ਸਾਡਾ ਰਹੀ ਹਾਲ ਸਾਡਾ ਕਦੀ ਕੋਈ ਦਿੰਦਾ ਸਾਨੂੰ ਰਾਸ਼ਨ ਪਾਣੀ ਕਦੀ ਕੋਈ ਦਿੰਦਾ ਸਾਨੂੰ ਰਾਸ਼ਨ ਪਾਣੀ ਕੀ ਕੰਮ ਕਰਦੇ ਤੁਸੀਂ ਕੰਮ ਅਸੀਂ ਕਿਸੇ ਦੇ ਘਰੇ ਕੰਮ ਕੁੰਮ ਕਰਦੇ ਅਤੇ ਬੱਚੇ ਜਿਹੜੇ ਪਾਣੀ ਚੁੱਕ ਕੇ ਲਿਆਉਂਦੇ ਉਹ ਦੂਰੋਂ ਪੈ ਜਾਂਦਾ ਗਵਾਂਢੀਆਂ ਦੇ ਘਰੋਂ ਪਾਣੀ ਲੈਣ ਜਾਂਦੇ ਅਤੇ ਜਿਹੜੀ ਗੁੜੀਆ ਰੋਂਦੇ ਇਹ ਕਾਹਤੋਂ ਰੋਂਦੇ ਇਹ ਕਹਿੰਦੇ ਕਿ ਸਕੂਲ ਲੈ ਜਾਣਾ ਸਕੂਲ ਨਹੀਂ ਭੇਜਿਆ ਜਾਂਦਾ ਸਾਡੇ ਕੋਲ ਪੈਸਿਆਂ ਤੋਂ ਹਾਂਜੀ ਨਾ ਪੈਸਿਆਂ ਕੋਲੋਂ ਨਾ ਕੋਈ ਵੀ ਚੀਜ਼ ਨਹੀਂ ਇਹਨਾਂ ਨੂੰ ਦਿੱਤੀ ਜਾਂਦੀ ਅਤੇ ਰੋਟੀ ਜਿਹੜੀ ਰੋਟੀ ਬਾਹਰ ਜਿਹੜੀ ਤੁਸੀਂ ਲਾਉਂਦੇ ਕੀ ਗੱਲ ਸਰਕਾਰੀ ਸਿਲੰਡਰ ਸਲੰਡਰ ਕੁਛ ਨਹੀਂ ਹੈਗਾ ਸਰਕਾਰੀ ਸਿਲੰਡਰ ਭਾਅ ਜੀ ਮਿਲਿਆ ਸੀ ਉਹ ਇੰਡੀਆ ਨੇ ਰੱਖ ਦਿੱਤਾ ਸਾਡੇ ਕੋਲੋਂ ਨਹੀਂ ਰੋਟੀ ਖਾਣ ਪਾਣ ਨੂੰ ਹੈਗਾ ਅਤੇ ਇੰਡੀਆ ਨੇ ਰੱਖਤਾ ਉਹ ਗਿਆ ਛੜਾਇਆ ਹੀ ਨਹੀਂ ਕੀ ਮੰਗ ਕਰਦੇ ਕਹਿੰਦੇ ਕਿ ਸਾਡੀ ਮਦਦ ਕੀਤੀ ਜਾਵੇ ਬਸ ਮੋਬਾਈਲ ਨੰਬਰ ਕਿੰਨਾ ਤੁਹਾਡਾ 8109857 ਕੀ ਨਾਮ ਭੈਣ ਜੀ ਤੁਹਾਡਾ ਨਸਿੰਦਰ ਕੌਰ ਕਿਹੜਾ ਪਿੰਡ ਹੈ ਹਾਂਜੀ ਘਰ ਅਤੇ ਕੀ ਮਸਲਾ ਇਹਨਾਂ ਦੇ ਘਰ ਦਾ ਤੁਸੀਂ ਕੀ ਲੱਗਦੇ ਜੇ ਤੋਂ ਅਸੀਂ ਜੀ ਇੱਥੇ ਗੁਆਂਢ ਕਰਕੇ ਤਰਸ ਕਰਦੇ ਹਾਂ ਇਹਨਾਂ ਦਾ ਵੀ ਪਾਣੀ ਧਾਣੀ ਇੱਥੋਂ ਲੈ ਜਾਂਦੇ ਆਣ ਕੇ ਤੁਹਾਡੇ ਘਰੋਂ ਕੱਢਦੇ ਹਾਂਜੀ ਕੀ ਕਾਰਨ ਕੀ ਤੁਹਾਡੇ ਘਰੋਂ ਪਾਣੀ ਕਿਉਂ ਕੱਢਦੇ ਹਾਂਜੀ ਵਿਚਾਰੇ 'ਚ ਗਰੀਬੀ ਬਹੁਤ ਜ਼ਿਆਦਾ ਆ ਅਤੇ ਇਸ ਤਰ੍ਹਾਂ ਰੱਬ ਤਰਸੀ ਆਖੀਦਾ ਵੀ ਚਲੋ ਪਾਣੀ ਧਾਣੀ ਲੈ ਜਾਣ ਅਤੇ ਉਹਨਾਂ ਦੇ ਘਰ ਨਹੀਂ ਹੈਗਾ ਪਾਣੀ ਨਾ ਜੀ ਉਹਨਾਂ ਦੇ ਘਰੇ ਨਾ ਪਲੱਸ ਨਾ ਪਾਣੀ ਵਿਚਾਰਿਆਂ ਦੇ ਗੰਦਾ ਨਾਲਾ ਵਾ ਜਿੱਥੇ ਵਿਚਾਰੇ ਰਹਿੰਦੇ ਆ ਅਤੇ ਵਿਚਾਰੀ ਲੋਕਾਂ ਦਾ ਕੰਮ ਕਰਕੇ ਅਤੇ ਬੱਚੇ ਪਾਲਦੀ ਆਪਦੇ ਅਤੇ ਬਹੁਤ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਮੈਂ ਅਤੇ ਰੋਟੀ ਪਾਣੀ ਦਾ ਵੀ ਇਹਨਾਂ ਦਾ ਇਸ ਤਰ੍ਹਾਂ ਹੀ ਸਰਦਾ ਹਾਂਜੀ ਰੋਟੀ ਪਾਣੀ ਵੀ ਇਸ ਤਰ੍ਹਾਂ ਹੀ ਕਰਕੇ ਲਿਆਉਂਦੇ ਕਦੀ ਉੱਧਰੋਂ ਲੈ ਆਏ ਅਤੇ ਕਦੀ ਘਰੇ ਇਸ ਤਰ੍ਹਾਂ ਫੜ ਦੜ ਕੇ ਕਿਸੇ ਭੈਣ ਭਰਾ ਤੋਂ ਤਾਂ ਹੁਣ ਇਹਨਾਂ ਦੀ ਕੋਈ ਵਿਚਾਰਿਆਂ ਦੀ ਬਾਹਰ ਨਹੀਂ ਫੜਦਾ ਅਤੇ ਰੋਟੀ ਪਾਣੀ ਲਾਉਂਦੇ ਕਿੱਥੇ ਆ ਜੀ ਹਾਂਜੀ ਉਹ ਨਾਲੇ ਦੇ ਲਾਗੇ ਹੀ ਆ ਜੀ ਗੰਦੇ ਦੇ ਨਾਲੇ ਦੇ ਲਾਗੇ ਨਾਲੇ ਲਾਗੇ ਚਿੱਲਾ ਵਾ ਅਤੇ ਲਾਗੇ ਹੀ ਪਕਾਉਂਦੇ ਆ ਅਤੇ ਇਹਨਾਂ ਦੇ ਘਰੇ ਵੀ ਨਹੀਂ ਕੋਈ ਆਉਂਦਾ ਜਾਂਦਾ ਉਹੋ ਜਿਹਾ ਵੀ ਇਹਨਾਂ ਦੇ ਹਾਲਾਤ ਮਾੜੇ ਆ ਅਤੇ ਇਹਨਾਂ ਦੀ ਮਦਦ ਕੀਤੀ ਜਾਂਦੀ ਹੈ